ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਪਿੰਡ ਸੰਦਲਪੁਰ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਹੁੰਚੇ ਹਾਂ ਜੀ। ਇਹ ਜੋ ਵੀਰ ਦੀ ਤੁਸੀਂ ਵੀਡੀਓ ਵੇਖ ਰਹੇ ਹੋ, ਇਹ ਵੀਰ ਦਾ ਨਾਮ ਰੂਪ ਸਿੰਘ ਹੈ ਜੀ। ਪਿੰਡ ਸੰਦਲਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਇਹ ਪਿੰਡ ਹੈ, ਅਚਲ ਸਾਹਿਬ ਦੇ ਕੋਲ। ਸੋ ਇਸ ਵੀਰ ਨੂੰ ਰਸੋਲੀ ਦਾ ਜਿਹੜਾ ਨੁਕਸ ਦੱਸਿਆ ਗਿਆ ਸੀ, ਅਤੇ ਉਸ ਤੋਂ ਬਾਅਦ ਇਸ ਵੀਰ ਨੇ ਪ੍ਰਸ਼ਨ ਕਰਾਇਆ, ਅਤੇ ਹੁਣ ਇਸ ਵੀਰ ਨੂੰ ਜਿਹੜਾ ਕੈਂਸਰ ਦਾ ਜਿਹੜਾ ਰੋਗ ਹੋ ਚੁੱਕਿਆ ਹੈ। 2 ਸਾਲ ਤੋਂ ਇਹ ਵੀਰ ਇਸੇ ਤਰ੍ਹਾਂ ਜਿਹੜਾ ਮੰਜੇ ਦੇ ਉੱਤੇ ਹੀ ਹੈ, ਅਤੇ ਘਰ ਵੀ ਜਿਹੜਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ, ਘਰ ਦੇ ਵਿੱਚ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਵੀਰ ਆਪ ਹੀ ਜਿਹੜਾ ਦਿਹਾੜੀ ਦੱਪਾ ਕਰਕੇ ਪਹਿਲਾਂ ਕਮਾਈ ਕਰਦੇ ਸਨ। ਇਸ ਵੀਰ ਦੇ 3 ਬੱਚੇ ਨੇ, 1 ਬੇਟੀ ਅਤੇ 2 ਬੇਟੇ, ਅਤੇ ਜਦੋਂ ਦਾ ਇਹ ਵੀਰ ਜਿਹੜਾ ਬਿਮਾਰ ਹੋ ਗਿਆ ਇਸੇ ਤਰ੍ਹਾਂ ਮੰਜੇ ਦੇ ਉੱਤੇ ਹੈ, ਅਤੇ ਇਹਨਾਂ ਦੀ ਪਤਨੀ ਜਿਹੜਾ ਮਾੜਾ ਮੋਟਾ ਕੰਮ ਕਾਰ ਕਰਕੇ ਜਿਹੜਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਕਰ ਰਹੀ ਹੈ। ਇਲਾਜ ਵੀ ਬਹੁਤ ਮਹਿੰਗਾ ਹੈ, ਇਸ ਵੀਰ ਦੇ ਕੋਲੋਂ ਦਵਾਈਆਂ ਦੇ ਵਾਸਤੇ ਵੀ ਜਿਹੜਾ ਪੈਸੇ ਨਹੀਂ ਹੈਗੇ, ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਪਾਈ ਵੱਧ ਚੜ੍ਹ ਕੇ ਇਸ ਵੀਰ ਦੀ ਜਿਹੜੀ ਮਦਦ ਕੀਤੀ ਜਾਵੇ। ਅੱਜ ਨਿਰਭਉ ਖਾਲਸਾ ਸੇਵਾ ਸੁਸਾਇਟੀ ਪਿੰਡ ਕਲੇਰਬਾਲਾ ਤੋਂ ਵੀਰ ਬਿਕਰਮਜੀਤ ਸਿੰਘ ਜੀ, ਸਾਨੂੰ ਸਰਦਾਰ ਸੁਰਜੀਤ ਸਿੰਘ ਜੀ ਕਲੇਰਬਾਲਾ ਵਾਲਿਆਂ ਦੇ ਸਹਿਯੋਗ ਦੇ ਨਾਲ ਇਸ ਪਰਿਵਾਰ ਦੇ ਕੋਲ 1 ਮਹੀਨੇ ਦੀ ਜਿਹੜੀ ਰਾਸ਼ਨ ਦੀ ਰਸਤ ਲੈ ਕੇ ਪਹੁੰਚੀ ਹੈ ਜੀ। ਸੋ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਨਿਰਭਉ ਖਾਲਸਾ ਸੇਵਾ ਸੁਸਾਇਟੀ ਨੂੰ ਸਹਿਯੋਗ ਕਰ ਰਹੀਆਂ ਨੇ, ਅਤੇ ਸੰਸਥਾ ਵੱਖ ਵੱਖ ਨਗਰਾਂ ਵਿੱਚ ਪਹੁੰਚ ਕੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰਦੀ ਹੈ ਜੀ। ਸੋ ਇਹ ਵੀਰ ਦੀਆਂ ਜਿਹੜੀਆਂ ਰਿਪੋਰਟਾਂ ਨੇ ਗੁਰੂ ਰਾਮਦਾਸ ਚੈਰੀਟੇਬਲ ਦੀਆਂ, ਇਸ ਵੀਰ ਦੇ ਬਿਮਾਰ ਹੋਣ ਨਾਲ ਕਰਕੇ ਜਿਹੜਾ ਘਰ ਦੇ ਵਿੱਚ ਕੋਈ ਵੀ ਜਿਹੜਾ ਕਮਾਈ ਦਾ ਸਾਧਨ ਨਹੀਂ ਹੈ, ਇਸ ਵੀਰ ਨੂੰ ਜਿਹੜਾ ਕੈਂਸਰ ਦਾ ਜਿਹੜਾ ਰੋਗ ਦੱਸਿਆ ਗਿਆ ਹੈ। ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਪਾਈ ਵੱਧ ਚੜ੍ਹ ਕੇ ਇਸ ਵੀਰ ਦੀ ਜਿਹੜੀ ਮਦਦ ਕੀਤੀ ਜਾਵੇ, ਸਹਿਯੋਗ ਕੀਤਾ ਜਾਵੇ। ਸੋ ਪਿੰਡ ਸੰਦਲਪੁਰ ਦੇ ਇਸ ਨਗਰ ਦੇ ਜਿਹੜੇ ਮੈਂਬਰ ਵੀ ਇੱਥੇ ਮੌਜੂਦ ਨੇ, ਭੈਣ ਜੀ ਨਰਿੰਦਰਜੀਤ ਕੌਰ, ਇਹਨਾਂ ਵੱਲੋਂ ਜਿਹੜੀ ਨਿਰਭਉ ਖਾਲਸਾ ਸੇਵਾ ਸੁਸਾਇਟੀ ਨੂੰ ਕੌਲ ਗਈ ਸੀ, ਅਤੇ ਇਹਨਾਂ ਦੇ ਫੋਨ ਦੇ ਉੱਤੇ ਨਿਰਭਉ ਖਾਲਸਾ ਸੇਵਾ ਸੁਸਾਇਟੀ ਇਸ ਪਰਿਵਾਰ ਦੇ ਕੋਲ 1 ਮਹੀਨੇ ਦੀ ਜਿਹੜੀ ਰਾਸ਼ਨ ਦੀ ਰਸਤ ਲੈ ਕੇ ਪਹੁੰਚੀ ਆ। ਉਹ ਇਹਨਾਂ ਭੈਣ ਜੀ ਹੁਣਾਂ ਕੋਲ ਇਸ ਵੀਰ ਦੇ ਬਾਰੇ ਜਾਣਕਾਰੀ ਲਈਏ, ਪਰਿਵਾਰ ਬਾਰੇ ਦੱਸੋ ਭੈਣ ਜੀ, ਇਸ ਵੀਰ ਨੂੰ ਕੀ ਗੱਲ ਹੋਈ? ਇਹਨਾਂ ਦਾ ਤਾਂ ਬਾਬਾ ਜੀ ਮਾੜੀ ਹਾਲਤ ਹੈ ਵਿਚਾਰਿਆਂ ਦੀ, ਬਹੁਤ ਦੁੱਖ ਆ। ਜਦੋਂ ਬੱਚੇ ਜਾਂਦੇ ਆ, ਜੋ ਵੀ ਚਲੋ ਦਿੱਤਾ ਤੇ ਮਾਲਕ ਦਾ ਹੁੰਦਾ ਵਾ, ਕਦੇ ਇਹਨਾਂ ਨੂੰ ਮੋੜਿਆ ਨਹੀਂ ਜਾਂਦਾ। ਜੋ ਵੀ ਵਿਚਾਰੇ ਜਾ ਕੇ ਮੰਗਦੇ, ਇਹਨਾਂ ਨੂੰ ਉਹ ਚੀਜ਼ ਦੇਣੀ ਪੈਂਦੀ ਆ। ਚਲੋ ਤੁਸੀਂ ਵੱਧ ਤੋਂ ਵੱਧ, ਤੇ ਅਸੀਂ ਤੇ ਉਹ ਚਾਹੁੰਦੇ ਕਿਤੇ ਇਲਾਜ ਹੋ ਜਾਵੇ, ਤੇ ਚਲੋ ਦੁਨੀਆਂ ਤੇ ਵਿਚਾਰਾ ਆਪਣੀ ਜ਼ਿੰਦਗੀ ਲੈ ਕੇ ਹੀ ਜਾਵੇ। ਤੇ ਚਲੋ ਇੰਨੀ ਉਮਰ ਵਿੱਚ ਤੇ ਜਾਣਾ ਵੀ ਬੜਾ ਔਖਾ ਵਾ, ਤੇ ਪਰ ਦੁੱਖ ਵੀ ਇਹੋ ਜਿਹਾ, ਹੁਣ ਤੁਰਿਆ ਫਿਰਿਆ ਵੀ ਨਹੀਂ ਜਾਂਦਾ। ਮੈਨੂੰ ਕਹਿੰਦੇ ਵੇਖਣ ਵਾਸਤੇ ਆ, ਮੈਂ ਵੇਖ ਨਹੀਂ ਸਕਦੀ, ਮੈਂ ਵੇਖ ਰਿਹਾ, ਵੇਖ ਕੇ ਆ ਗਈ ਤੇ ਮੇਰੇ ਕੋਲ ਕਈ ਦਿਨ ਉੱਚੇ ਅੜ ਜਾਣਾ। ਤੇ ਉਹ ਹੁਣ ਅੱਜ ਮੈਂ ਚਲੋ ਬਾਬਾ ਜੀ ਬਣਾਉਂਦੇ ਕਹਿਣ ਤੇ ਆ ਗਈ ਆ, ਇੰਨਾ ਕੁ ਮਤਲਬ ਦੇਣਾ ਹੋਣਾ ਪੈ ਗਿਆ। ਕਿੰਨੇ ਚਿਰ ਤੋਂ ਨੇ ਮੰਜੀ ਤੇ ਵੀਰ? ਇਹਨੂੰ 2 ਸਾਲ ਹੀ ਹੋ ਗਏ ਜੀ ਬਾਬਾ ਜੀ, 2 ਸਾਲ ਹੀ ਹੋ ਗਏ। 3 ਬੱਚੇ ਨੇ, ਜ਼ਿਆਦਾ ਹਾਲਤ ਮਾੜੀ ਆ, ਘਰ ਵੀ ਘਰ ਦੀ ਵੀ ਬੀਪੀ ਦਾ ਮਰੀਜ਼ ਆ, ਕੋਈ ਕੰਮ ਕਾਰ ਵੀ ਨਹੀਂ ਕਰ ਸਕਦੀ ਕਿਸੇ ਦਾ। ਚਲੋ ਕਰਕੇ ਵੀ ਬੱਚਿਆਂ ਦਾ ਗੁਜ਼ਾਰਾ ਕਰ ਲਏ, ਚਲੋ ਵੱਧ ਤੋਂ ਵੱਧ ਇੱਦਾਂ ਦੇ ਵਿਚਾਰਾਂ ਦੇ ਸਹਿਯੋਗ ਦਿਓ, ਅਤੇ ਚਲੋ ਜਿੰਨੇ ਜੋ ਗਏ ਵੀ ਹੈਗੇ ਨਾ ਤੁਹਾਡੇ ਬਾਬਾ ਜੀ। ਸੋ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਭਾਈ ਕਿ ਵੀਰ ਨੂੰ ਇਸੇ ਤਰ੍ਹਾਂ ਮੰਜੀ ਦੇ ਉੱਤੇ 2 ਸਾਲ ਹੋ ਗਏ ਨੇ ਪਿਆਂ ਨੂੰ ਕੈਂਸਰ ਦਾ ਜਿਹੜਾ ਰੋਗ ਹੈ ਵੀਰ ਨੂੰ, ਅਤੇ ਜੋ ਇਹ ਭੈਣ ਜੀ ਹੁਣੀ ਲਾਗੋਂ ਬਹੁਤ ਮਦਦ ਕਰਦੇ ਨੇ, ਅਤੇ ਹੋਰ ਵੀ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਪਾਈ ਕਿ ਇਸ ਪਰਿਵਾਰ ਦਾ ਜਿਹੜਾ ਸੰਪਰਕ ਨੰਬਰ ਉਹ ਵੀ ਲੈ ਲੈਂਦੇ ਹਾਂ ਜੀ, ਤੁਸੀਂ ਸਿੱਧੇ ਤੌਰ 'ਤੇ ਵੀ ਇਸ ਪਰਿਵਾਰ ਦੀ ਜਿਹੜੀ ਮਦਦ ਕਰ ਸਕਦੇ ਹੋ, ਨੰਬਰ ਦੱਸ ਦਿਓ ਭੈਣ ਜੀ।
ਸੋ ਪਰਿਵਾਰ ਦਾ ਸੰਪਰਕ ਨੰਬਰ 9721 27914 ਸਿੱਧੇ ਤੌਰ 'ਤੇ ਵੀ ਇਸ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰਕੇ ਇਸ ਪਰਿਵਾਰ ਦੀ ਜਿਹੜੀ ਮਦਦ ਕਰ ਸਕਦੇ ਹੋ ਜੀ। ਸੋ ਅੱਜ ਸਾਡੇ ਨਾਲ ਸੰਸਥਾ ਦੇ ਵਿੱਚ ਪਹੁੰਚੇ ਮੈਂਬਰ ਵੀਰ ਮੰਗਲ ਸਿੰਘ ਜੀ ਪਿੰਡ ਕਲੇਰਬਾਲਾ ਤੋਂ, ਰਾਗੀ ਪਰਮਜੀਤ ਸਿੰਘ ਜੀ ਅਚਲ ਸਾਹਿਬ ਤੋਂ, ਵੀਰ ਲਖਵਿੰਦਰ ਸਿੰਘ ਜੀ ਪਿੰਡ ਕਲੇਰਬਾਲਾ ਤੋਂ, ਵੀਰ ਸੁਰਿੰਦਰ ਸਿੰਘ ਜੀ ਅਚਲ ਸਾਹਿਬ ਤੋਂ, ਸੁਦਾਸ ਜਗਰਾਜ ਸਿੰਘ ਜੱਬੋਵਾਲ ਹੈੱਡ ਗ੍ਰੰਥੀ ਸਿੰਘ ਸਭਾ ਗੁਰਦੁਆਰਾ ਕਲੇਰਬਾਲਾ, ਮੋਬਾਈਲ ਨੰਬਰ 98799 7928। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।